पटियाला शहर विखे पुलिस अते किसान जथेबंदियां उदों आमो सामने हो गई जदों पटियाला दे बुंदेला मंदिर विच बीजेपी आगुआं वल्लों बैठक कीते जाण दी भिणक किसानां नूं लग गई। वड्डी गिणती च किसान रोस प्रगट करन लई पहुंच गए। इत्थे इह दसण योग है कि किसानां नूं लग्गिया कि हरजीत गरेवाल बैठक करन लई आए ने जदकि अजिहा है नहीं सी। उत्थे बीजेपी नौजवान आगू आए सी जो कि बैठक कर रहे सी जदकि हरजीत गरेवाल नहीं सन। जिस तों बाद पुलिस ने किसानां नूं रोकिया ते पुलिस दे नाल धक्का मुक्की हो गई। जिस तों बाद किसानां ने अपनी नाराज़गी प्रगट करते हुए पटियाला का बस स्टैंड चौक जाम कर दिया। करने वास्ते आया था जी, हुण की होया हुण असीं रोड जाम करिया जी, साडे ते पुलिस वाले ने लाठी चार्ज की है जी। इन्हां नूं पता था भी इह विरोध करदे आ सारी पब्लिक, हुण क्यों उरे मीटिंगां रखियां ਕੀ ਉਹਨਾਂ ਨੇ ਮਾਫੀ ਮੰਗੀ? ਨਹੀਂ ਉਹਨਾਂ ਨੇ ਤੇ ਪੁਲਸੋਂ ਨਾਲ ਅਸੀਂ ਕੋਈ ਮਾਫੀ ਨਹੀਂ ਮੰਗਦੇ। ਕਹਿੰਦੇ ਉਹ ਸਾਡੇ ਲਵੇ ਆ ਕੇ ਮੱਥਾ ਟੇਕਣ, ਉਹ ਰਾਜਾ ਆਵੇ ਰਾਜਾ ਜਾਂ ਰਾਣੀ ਆਵੇ। ਹੁਣ ਤਾਂ ਹੁਣ ਉੱਥੇ ਜਾ ਰਹੀ ਗੱਲ, ਇਹ ਪਹਿਲਾਂ ਕੁੱਟ ਲੈਨੇ ਆ, ਬਾਅਦ ਚੋਂ ਕਹਦੇ ਨੇ ਜੀ ਮਾਫੀ ਕਰ ਦੇ, ਮਾਫ ਕਰ ਦੋ। ਕੀ ਗੱਲ ਬਈ, ਅਸੀਂ ਕੋਈ ਉਹ ਨਾ ਢੂੰਡੇ ਆ, ਜਾਰੀ ਰਹੂਗਾ ਜੀ ਜਿੰਨਾ ਚਿਰ ਡੰਡੇ ਖਾਣ ਕਿੰਨੇ ਸਾਡੇ ਮੁੰਡਿਆਂ ਨੇ ਮਾਰੇ ਨੇ, ਜਾਰੀ ਰਹੂਗਾ। ਇਹ ਸਾਡੇ ਖੇਤਾਂ ਮਾਰ ਕੇ ਖੜੇ ਨੇ, ਹੁਣ ਚਾਹੇ ਤਾਂ ਡੰਡੇ ਮਾਰ ਦੇ ਨਾ, ਚਾਹੇ ਪੁਲਿਸ ਵੜਦੇ ਵੇ ਹੁਣ ਜਾਂਦੇ ਨਹੀਂ। ਦੇਖੋ ਜਿਹੜਾ ਬੀਜੇਪੀ ਦਾ ਵਿਰੋਧ ਇਹ ਲਗਾਤਾਰ ਸਾਰੇ ਪੂਰੇ ਭਾਰਤ ਦੇ ਵਿੱਚ ਹੋ ਰਿਹਾ, ਸੋ ਇਹ ਵਿਰੋਧ ਦੇ ਬਾਵਜੂਦ ਵੀ ਇਹ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇਹ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਅਤੇ ਮੀਟਿੰਗਾਂ ਕਰ ਰਹੇ ਨੇ, ਇਹ ਜਾਣ ਬੁੱਝ ਕੇ ਇੱਕ ਭੜਕਾਊ ਭਾਸ਼ਣ ਦੇ ਕੇ ਜਾਣੀ ਕਿ ਇੱਕ ਲੋਕਾਂ ਦਾ ਜਿਹੜਾ ਇਸ ਘੋਲ ਨੂੰ ਖਿਡਾਉਣ ਦੇ ਵਾਸਤੇ ਇਹ ਮੁੱਦਾ ਜਿਹੜਾ ਧਾਰਮਿਕ ਬਣਾਉਣਾ ਚਾਹੁੰਦੇ ਨੇ, ਮੰਦਰਾਂ ਦੇ ਵਿੱਚ ਮੀਟਿੰਗਾਂ ਕਰਵਾਉਂਦੇ ਨੇ। ਸੋ ਇਸ ਲਈ ਅਸੀਂ ਕਿਤੇ ਵੀ ਮੰਦਰ 'ਚ ਆਉਂਦਾ ਚਾਹੇ ਗੁਰੂ ਘਰ 'ਚ ਕਿਤੇ ਵੀ ਆਉਂਦਾ ਇਹਨਾਂ ਦਾ ਬੀਜੇਪੀ ਦਾ ਕੋਈ ਵੀ ਆ, ਤਾਂ ਉਹਨਾਂ ਨੂੰ ਅਸੀਂ ਘੇਰਾਂਗੇ। ਇਹ ਸਾਡਾ ਜਥੇਬੰਦੀ ਵੱਲੋਂ ਸਾਰਿਆਂ ਦੇ ਐਲਾਨ ਕੀਤਾ ਹੋਇਆ, ਕਿਉਂਕਿ ਲਗਾਤਾਰ ਕਿਸਾਨ ਬੈਠੇ ਨੇ ਜਿਹੜੇ ਦਿੱਲੀ ਦੇ ਬਾਰਡਰਾਂ ਦੇ ਉੱਪਰ, ਉਹ ਮਰ ਰਹੇ ਨੇ, ਤਾਂ ਇਹ ਲੋਕ ਜਿਹੜੇ ਨੇ ਵੋਟਾਂ ਵਾਸਤੇ ਜਿਹੜੇ ਮੀਟਿੰਗਾਂ ਕਰਦੇ ਫਿਰਦੇ ਨੇ, ਸੋ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਇਹਨਾਂ ਨੂੰ ਲਗਾਤਾਰ ਇਸ ਤਰ੍ਹਾਂ ਘਿਰਾਓ ਜਾਰੀ ਰੱਖਾਂਗੇ।